भाइयों, नगर वासियों, निमंत्रण है आप लोग फतेह करते हैं। वाहेगुरु जी का खालसा, वाहेगुरु जी की फतेह। मन बहुत खुश होया तुसी सारे इतने आए हो। मैं भी तुहाडे वर्गण अपने पिंड दे विच रहिंदा है, तो मैनू तुहाडियां खाइयां का पता है, तुहाडे जीवन का पता है, ते ये भी पता है कि हुण धारा चोण का टाइम हो गया, ते हुण गल घट करनी चाहीदी है। जिहड़ियां तुहाडियां तकलीफां हैगियां, जिवें मास्टरां की कमी दसी है, ये तुहाडा फर्ज है कि अपने नुमाइंदे नूं तुसीं दसो कि असीं सारियां पूरियां करांगे। कल तो ही कार्रवाई शुरू होगी। ਸਾਡੇ ਹਸਪਤਾਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਡਾਕਟਰਾਂ ਦੀ, ਨਰਸਾਂ ਦੀ ਬਹੁਤ ਕਮੀ ਹੈ। ਇਹਦੇ ਬਾਰੇ ਵੀ ਆਪਾਂ ਇੰਤਜ਼ਾਮ ਕਰ ਰਹੇ ਹਾਂ। ਕੋਈ ਚੀਜ਼ ਪਿੰਡ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਹੜੀ ਤੁਹਾਡੇ ਕੰਮ ਆਉਣ ਵਾਲੀ ਹੋਵੇ ਤਾਂ ਤੁਹਾਨੂੰ ਮਿਲੇ ਨਾ। ਤੁਹਾਡੇ MP ਦੇ ਕੋਲ ਸਾਰਾ ਕੁਛ ਹੈ। ਜੇ ਕਿਸੇ ਦਾ ਘਰ ਕੱਚਾ ਹੈ ਉਹ ਪੱਕਾ ਹੋ ਸਕਦਾ, ਜੇ ਨਲਕੇ ਦੀ ਟੂਟੀ ਹੈ ਨਹੀਂ, ਟੂਟੀ ਅਤੇ ਲੈਟਰੀਨ ਵੀ ਬਣ ਸਕਦੀ ਹੈ। ਔਰ ਗਰੀਬਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਲਾਲ ਕਾਰਡ ਹੈ, ਜੇ ਉਹਨਾਂ ਦੇ ਵਿੱਚ ਕੋਈ ਦੁਰਘਟਨਾ ਹੋ ਜਾਵੇ ਤਾਂ ਤੁਹਾਡਾ MP ਉਹਨਾਂ ਨੂੰ 20,000 ਰੁਪਈਆ ਸੰਸਕਾਰ ਅਤੇ ਭੋਗ ਦੇ ਲਈ ਵੀ ਦੇ ਸਕਦਾ ਹੈਗਾ। ਬਹੁਤ ਚੀਜ਼ਾਂ ਹੈਗੀਆਂ ਜਿਹੜਾ ਤੁਹਾਡਾ MP ਕਰ ਸਕਦਾ, ਪਰ ਜਿੰਨਾ ਚਿਰ ਤੁਹਾਨੂੰ ਨਹੀਂ ਪਤਾ ਹੈਗਾ ਉਨਾ ਚਿਰ ਤੁਸੀਂ ਆਪਣੇ MP ਜਾਂ ਨੁਮਾਇੰਦੇ ਦਾ ਪੁੜਤਾ ਨਹੀਂ ਖਿੱਚ ਸਕਦੇ। ਤੁਹਾਡਾ ਹੱਕ ਹੈ, ਤੁਸੀਂ ਵੋਟਾਂ ਪਾਈਆਂ, ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜਿਆ, ਅਤੇ ਜਿਹੜਾ ਤੁਹਾਡਾ MP ਹੈ ਉਹ ਤੁਹਾਡਾ ਸੇਵਾਦਾਰ ਹੁੰਦਾ, ਨਾ ਕਿ ਤੁਹਾਡਾ ਅਫਸਰ ਹੁੰਦਾ। ਜਦੋਂ ਦਾ ਤੁਸੀਂ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ, ਮੈਂ ਬਹੁਤ ਸਾਰੇ ਕੰਮ ਕੀਤੇ ਹੈ, ਅਤੇ ਸੜਕਾਂ ਸਾਰੀਆਂ ਜਿੰਨੀਆਂ ਵੀ ਕੱਚੀਆਂ ਸੀਗੀਆਂ ਉਹ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇ ਕਿਸੇ ਕਿਸਮ ਦੀ ਵੀ ਕਮੀ ਹੋਵੇ, ਮੇਰਾ ਫਰਜ਼ ਹੈ ਕਿ ਤੁਹਾਡੇ ਲਈ ਮੈਂ ਉਹਨਾਂ ਦੀ ਪ੍ਰਾਪਤੀ ਕਰਾਵਾਂ। ਅਸੀਂ ਕੰਮ ਕਰਨ ਵਾਲੇ ਬੰਦੇ ਹੈ, ਕੰਮ ਕਰਨ ਵਾਲੀ ਪਾਰਟੀ ਹੈ, ਅਤੇ ਤੁਹਾਡੀ ਸੇਵਾ ਕਰਨ ਵਾਲੀ ਪਾਰਟੀ ਹੈ। ਕੋਈ ਦੁੱਖ ਤਕਲੀਫ ਹਸਪਤਾਲ ਦਾ ਹੋਵੇ, ਜਿਵੇਂ ਕੱਟੂ ਸਾਹਿਬ ਨੇ ਦੱਸਿਆ, ਕੈਂਸਰ ਹੋਵੇ, ਹੋਰ ਬਿਮਾਰੀ ਹੋਵੇ, ਬਿਲਕੁਲ ਅਸੀਂ ਤੁਹਾਡੀ ਖਿਦਮਤ ਲਈ ਹਮੇਸ਼ਾ ਤਿਆਰ ਹੈ। ਹੁਣ 2025 ਤੱਕ ਤੁਹਾਡੀਆਂ ਸਾਰੀਆਂ ਨਵੀਆਂ ਤਾਰਾਂ ਪੈ ਜਾਣੀਆਂ ਹੈ, ਬਿਜਲੀ ਦੀਆਂ ਨਵੇਂ ਖੰਭੇ ਲੱਗ ਜਾਣੇ ਹੈ, ਅਤੇ ਜਿਹੜੀਆਂ ਤੁਹਾਡੀਆਂ ਮਸ਼ੀਨਾਂ ਘਰ ਦੇ ਵਿੱਚ ਸੜ ਜਾਂਦੀਆਂ ਬਿਜਲੀ ਦੇ, ਜਿਹੜਾ ਕਰੰਟ ਹੈ ਕਦੇ ਥੋੜ੍ਹਾ ਹੋ ਜਾਂਦਾ ਕਦੇ ਜ਼ਿਆਦਾ ਹੋ ਜਾਂਦਾ, ਉਹ ਚੀਜ਼ ਬਿਲਕੁਲ ਨਹੀਂ ਹੋਊਗੀ। ਸੋ ਮੈਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਕੀ ਲੋੜ ਹੈ। ਤੁਹਾਡੇ ਪਿੰਡ ਦੇ ਵਿੱਚ ਇਹ ਮੈਂ ਦਿੱਤਾ, ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਨੂੰ ਕਿ ਇਹਦੀ ਇੱਕ ਕਮੇਟੀ ਬਣਾਓ। ਕਮੇਟੀ ਬਣਾ ਕੇ ਮਰਦਾਂ ਨੂੰ ਟਾਈਮ ਅਲੈਦਾ ਦਿਓ, ਬੀਬੀਆਂ ਨੂੰ ਟਾਈਮ ਅਲੈਦਾ ਮਿਲੇ, ਔਰ ਸਾਰੇ ਆਪਣੇ ਜਿਸਮ ਦਾ ਖਿਆਲ ਰੱਖਣ। ਹੁਣ ਇਹ ਤੋਂ ਬਾਅਦ ਜਦੋਂ ਜਿੰਮ ਆ ਗਿਆ, ਜੇ ਮੇਰੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਮੈਨੂੰ ਕੁੱਟ ਕੁੱਟਿਆ ਜਾਂ ਮੈਂ ਕੁੱਟ ਖਾਧੀ ਹੈ, ਤਾਂ ਮੈਂ ਬਰਾਬਰ ਦਾ ਕੁੱਟੂੰਗਾ ਜਿਹੜਾ ਮੇਰੇ ਕੋਲ ਇਹੋ ਜਿਹੀ ਸ਼ਿਕਾਇਤ ਲੈ ਕੇ ਆਊਗਾ। ਇਹ ਜਿੰਮ ਦੇ ਲਈ ਬਹੁਤ ਪ੍ਰਾਪਤੀ ਹੈ, ਤਗੜੇ ਹੋਵੋਗੇ, ਤੁਹਾਡੇ ਬੱਚੇ ਵੀ ਹੋਣਗੇ, ਬੀਬੀਆਂ ਵੀ ਹੋਣਗੀਆਂ, ਅਤੇ ਨੌਜਵਾਨ ਵੀ ਹੋਣਗੇ,
ਬਿਰਧ ਵੀ ਹੋਣਗੇ। ਇਹ ਸਾਰੀਆਂ ਮਸ਼ੀਨਾਂ ਇਹੋ ਜਿਹੀਆਂ ਬਣੀਆਂ ਜਿਹੜੀਆਂ ਤੁਹਾਡੇ ਸਾਰਿਆਂ ਦੇ ਕੰਮ ਆ ਸਕਦੀਆਂ ਹੈਗੀਆਂ, ਪਰ ਇਹਦੇ ਲਈ ਇੰਤਜ਼ਾਮ ਕਰਨਾ ਪਊਗਾ ਕਿ ਕਿਹੜੇ ਟਾਈਮ ਦੇ ਉੱਤੇ ਜਿਹੜਾ ਆ ਕੇ ਇਹਨਾਂ ਨੂੰ ਇਸਤੇਮਾਲ ਕਰ ਸਕਦਾ ਹੈਗਾ। ਸੋ ਸਾਧ ਸੰਗਤ ਜੀ, ਮੈਂ ਹਮੇਸ਼ਾ ਤੁਹਾਡਾ ਸੇਵਾਦਾਰ ਹੈ। ਜੋ ਵੀ ਤੁਹਾਨੂੰ ਕੋਈ ਕਿਸੇ ਵੇਲੇ ਤਕਲੀਫ ਹੋਵੇ ਤਾਂ ਮੈਨੂੰ ਦੱਸੋ, ਮੈਂ ਤੁਹਾਡੇ ਪਿੰਡਾਂ ਵਰਗਣ ਰਹਿੰਦਾ, ਮੈਨੂੰ ਪਤਾ ਸਾਰਾ ਤੁਹਾਡੀਆਂ ਤਕਲੀਫਾਂ ਦੀਆਂ। ਜਿਹੜੇ ਸਾਡੇ ਮਜ਼ਦੂਰ ਹੈ, ਜਿਹੜੇ ਸਾਡੇ ਜ਼ਿਮੀਂਦਾਰ ਹੈ, ਜਿਹੜੇ ਸਾਡੇ ਸ਼ਾਹੂਕਾਰ ਹੈ, ਸਾਰਿਆਂ ਦੇ ਬਾਰੇ ਮੈਨੂੰ ਇਲਮ ਹੈ। ਪਰ ਅੱਜ ਸਿੱਖਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਬਰ ਹੋਣ ਲੱਗ ਪਿਆ। ਕੈਨੇਡਾ ਦੇ ਵਿੱਚ ਸਿੱਖਾਂ ਨੂੰ ਇੰਡੀਆ ਦੀ ਸਰਕਾਰ ਉੱਥੇ ਬਦਮਾਸ਼ਾਂ ਨੂੰ ਕਿਰਾਏ 'ਤੇ ਲੈ ਕੇ ਮਰਵਾ ਰਹੀ ਹੈ। ਇੱਕ ਨਿੰਜਰ ਸਾਹਿਬ ਹੈ ਜਿਨ੍ਹਾਂ ਨੂੰ ਮਾਰਦਾ, ਇੱਕ ਮਲਕ ਸਾਹਿਬ ਹੈ, ਇੱਕ ਹੋਰ ਸੁਖਦੂਲ ਸਿੰਘ ਹੈ। ਇਹ ਸਾਰੇ ਕੈਨੇਡਾ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਅਤੇ ਸਾਡੀ ਪਾਰਟੀ ਬਹੁਤ ਸੰਜੀਦਗੀ ਦੇ ਨਾਲ ਇਹਦੀ ਗੱਲ ਪਾਰਲੀਮੈਂਟ ਦੇ ਵਿੱਚ ਵੀ ਕੀਤੀ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਜਬਰ ਸਾਡੇ ਉੱਤੇ 1984 ਤੋਂ ਬਾਅਦ ਚੱਲਦਾ ਆ ਰਿਹਾ, ਇਹਦਾ ਹੁਣ ਅੰਤ ਵੀ ਆਉਣਾ ਜ਼ਰੂਰੀ ਹੈ। ਅਤੇ ਤੁਹਾਨੂੰ ਇੱਕ ਖੁਦ ਖੁਸ਼ਖਬਰੀ ਦੱਸਦਾ ਕਿ ਅਮਰੀਕਾ ਦੀ ਸਰਕਾਰ ਨੇ ਸਾਰਿਆਂ ਦੇ ਲਈ ਇੱਕ ਇਸ਼ਤਿਹਾਰ ਪੰਜਾਬੀ ਦੇ ਵਿੱਚ ਅਤੇ ਗੁਰਮੁਖੀ ਦੀ ਲਿਪੀ ਦੇ ਵਿੱਚ ਕੱਢਿਆ ਕਿ ਜੇ ਕਿਸੇ ਨੂੰ ਵੀ ਸਿੱਖ ਨੂੰ ਇਸ ਤਰ੍ਹਾਂ ਦੀ ਸੂਹ ਮਿਲੇ ਕਿ ਉਹਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਅਤੇ ਉਹ ਲੜੇ ਟੈਲੀਫੋਨ ਦੇ ਉੱਤੇ ਸਾਨੂੰ ਟੈਲੀਫੋਨ ਕਰ ਸਕਦਾ। ਉਸ ਇਸ਼ਤਿਹਾਰ ਦੇ ਵਿੱਚ ਇਹ ਵੀ ਲਿਖਿਆ ਕਿ ਜੇ ਤੁਹਾਡੇ ਕੋਲ ਨੇੜੇ ਤੇੜੇ ਪੁਲਿਸ ਨਾ ਹੋਵੇ, ਇੰਤਜ਼ਾਮ ਨਾ ਹੋਵੇ, ਤਾਂ ਤੁਸੀਂ ਕਿਵੇਂ ਆਪਣਾ ਬਚਾਅ ਕਰਨਾ। ਸੋ ਮੇਰਾ ਮਤਲਬ ਹੈ ਕਿ ਹੁਣ ਸਿੱਖ ਇੰਟਰਨੈਸ਼ਨਲ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਗਿਆ ਕਿ ਇਹਨਾਂ ਦੇ ਉੱਤੇ ਜਬਰ ਬਹੁਤ ਹੋਇਆ। ਸੋ ਮੈਂ ਆਸ ਕਰਦਾ ਕਿ ਅਸੀਂ ਇੱਕੋ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜੀ ਸਿੱਖ ਕੌਮ ਗਰੀਬਾਂ ਦੀ ਘੱਟ ਗਿਣਤੀਆਂ ਦੀ ਗੱਲ ਕਰਦੀ ਹੈ, ਅਤੇ ਅਸੀਂ ਕਰਦੇ ਰਵਾਂਗੇ ਔਰ ਤੁਹਾਡਾ ਸਾਥ ਮਿਲਦਾ ਰਹੂਗਾ, ਇਹਦੇ ਨਾਲ ਸਾਨੂੰ ਹੋਰ ਤਾਕਤ ਮਿਲਦੀ ਹੈ। ਸੋ ਆਸ ਕਰਦਾ ਹੋਇਆ ਫਤਿਹ ਦੀ। ਹੁਣ ਟਾਈਮ ਜਿਹੜਾ ਮੈਂ ਦੱਸਿਆ ਕਿਹੜਾ ਹੋ ਗਿਆ, ਹੁਣ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।